ਕੈਨੇਡਾ ਵਿੱਚ ਤਿੰਨ ਪੰਜਾਬੀਆਂ ਤੇ ਵੱਡੀਆਂ ਵਾਰਦਾਤਾਂ ਕਰਨ ਦੇ ਇਲਜ਼ਾਮ ਲੱਗੇ ਨੇ। ਪਹਿਲੀ ਵਾਰਦਾਤ ਓਂਟਾਰੀਓ ਦੇ ਨਿਊ ਮਾਰਕੀਟ ਸ਼ਹਿਰ ਵਿੱਚ ਇੱਕ ਗੈਸ ਸਟੇਸ਼ਨ ਤੇ ਸਾਹਮਣੇ ਆਈ, ਜਿੱਥੇ ਤੇਲ ਪਾਉਣ ਆਈ ਇੱਕ ਔਰਤ ਤੋਂ ਕਾਰ ਖੋਹਣ ਦੇ ਮਾਮਲੇ ਵਿੱਚ ਯਾਰਕ ਰੀਜਨਲ ਪੁਲਿਸ 39 ਸਾਲ ਦੇ ਗਿਆਨੀ ਜੈਲ ਸਿੰਘ ਸਿੱਧੂ ਦੀ ਭਾਲ ਕਰ ਰਹੀ ਹੈ। ਦੂਸਰੀ ਵਾਰਦਾਤ ਵੋਨ ਸ਼ਹਿਰ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਸਟੋਰ ਲੁੱਟਣ ਦੇ ਮਾਮਲੇ ਵਿੱਚ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਵਾਰਦਾਤ ਦੀ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਨਿਊ ਮਾਰਕੀਟ ਦੇ ਮਲੋਕ ਡਰਾਈਵ ਅਤੇ ਹੈਰੀ ਵਾਕਰ ਪਾਰਕਵੇ ਇਲਾਕੇ ਦੇ ਇੱਕ ਗੈਸ ਸਟੇਸ਼ਨ ਤੇ ਇੱਕ ਔਰਤ ਆਪਣੀ ਗੱਡੀ ਵਿੱਚ ਤੇਲ ਪਵਾ ਰਹੀ ਸੀ ਜਦੋਂ ਸ਼ੱਕੀ ਆਇਆ ਤੇ ਗੱਡੀ ਦੀ ਡਰਾਈਵਰ ਸੀਟ ਤੇ ਬੈਠ ਗਿਆ। ਸ਼ੱਕੀ ਨੇ ਜਿਉਂ ਹੀ ਗੱਡੀ ਭਜਾਉਣ ਦਾ ਯਤਨ ਕੀਤਾ ਤਾਂ ਔਰਤ ਉਸ ਨਾਲ ਭਿੜ ਗਈ ਅਤੇ ਆਪਣੀ ਗੱਡੀ ਬਚਾਉਣ ਦਾ ਯਤਨ ਕਰਨ ਲੱਗੀ। ਗੈਸ ਸਟੇਸ਼ਨ ਤੇ ਹੋ ਰਹੀ ਹੱਥਾਪਾਈ ਦੇਖ ਕੇ ਇੱਕ ਅਣਜਾਣ ਸ਼ਖਸ ਨੇ ਆਪਣੀ ਗੱਡੀ ਅੱਗੇ ਲਾ ਦਿੱਤੀ, ਪਰ ਸ਼ੱਕੀ ਨੇ ਔਰਤ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਤੇ ਗੱਡੀ ਬੈਕ ਕਰਕੇ ਫਰਾਰ ਹੋ ਗਿਆ। ਇਸ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਦੂਸਰੇ ਪਾਸੇ ਕੈਲੰਡਨ ਦੇ ਮੇਫੀਲਡ ਰੋਡ ਅਤੇ ਬ੍ਰੈਮਲੀ ਰੋਡ ਇਲਾਕੇ ਵਿੱਚ ਹਾਦਸਾ ਵਾਪਰਨ ਦੀ ਇਤਲਾਹ ਮਿਲਣ ਤੇ ਪੁੱਜੀ ਓਂਟਾਰੀਓ ਪ੍ਰੋਵਿਜ਼ਨੀਅਲ ਪੁਲਿਸ ਦੇ ਅਫਸਰਾਂ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਹੀ ਗੱਡੀ ਸੀ ਜੋ ਨਿਊ ਮਾਰਕੀਟ ਦੇ ਗੈਸ ਸਟੇਸ਼ਨ ਤੋਂ ਖੋਈ ਗਈ। ਪੁਲਿਸ ਮੁਤਾਬਕ ਸ਼ੱਕੀ ਹਾਦਸੇ ਵਾਲੀ ਥਾਂ ਤੋਂ ਪੈਦਲ ਹੀ ਫਰਾਰ ਹੋਇਆ ਅਤੇ ਡਰੋਨ ਦੀ ਮਦਦ ਨਾਲ ਉਸਦੀ ਪੈਰ ਨੱਪਣੀ ਸੰਭਵ ਨਾ ਹੋ ਸਕੀ। ਹੁਣ ਪੁਲਿਸ ਵੱਲੋਂ ਗਿਆਨੀ ਜੈਲ ਸਿੰਘ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ ਉਸਦਾ ਕੱਦ 5'8" ਦੱਸਿਆ ਗਿਆ, ਜਦਕਿ ਵਜ਼ਨ ਤਕਰੀਬਨ 68 ਕਿਲੋ ਦੇ ਕਰੀਬ ਹੈ। ਉਸਦਾ ਸਰੀਰ ਪਤਲਾ ਅਤੇ ਵਾਰਦਾਤ ਵੇਲੇ ਉਸਦੀ ਦਾੜ੍ਹੀ ਵੀ ਨਜ਼ਰ ਆਈ। ਆਖਰੀ ਵਾਰ ਦੇਖੇ ਜਾਣ ਸਮੇਂ ਉਸਨੇ ਪਾਊਡਰ ਬਲੂ ਕਲਰ ਦੀ ਅੱਧੀਆਂ ਬਾਹਾਂ ਵਾਲੀ ਪੋਲੋ ਸ਼ਰਟ ਪਹਿਨੀ ਹੋਈ ਸੀ, ਜਦਕਿ ਕਾਲੀ ਅਥਲੈਟਿਕ ਪੈਂਟ ਅਤੇ ਨੇਵੀ ਬਲੂ ਕਲਰ ਦੇ ਸ਼ੂਜ਼ ਤੋਂ ਇਲਾਵਾ ਵਾਈਟ ਜਾਂ ਟੈਨ ਬਗਡ ਹੈਟ ਪਹਿਨੀ ਹੋਈ ਸੀ। ਪੁਲਿਸ ਵੱਲੋਂ ਗਿਆਨੀ ਜੈਲ ਸਿੰਘ ਸਿੱਧੂ ਵਿਰੁੱਧ ਲੁੱਟ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਹਾਦਸੇ ਮਗਰੋਂ ਮੌਕੇ 'ਤੇ ਮੌਜੂਦ ਰਹਿਣ ਵਿੱਚ ਅਸਫਲ ਰਹਿਣ ਅਤੇ ਅਪਰਾਧ ਰਾਹੀਂ ਹਾਸਲ $5 ਤੋਂ ਵੱਧ ਤੋਂ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਇਲਜ਼ਾਮ ਲਗਾਏ ਨੇ। ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ ਕਾਰਜੈਕਿੰਗ ਤੋਂ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਗਿਆਨੀ ਜੈਲ ਸਿੰਘ ਸਿੱਧੂ ਬਾਰੇ ਕੋਈ ਜਾਣਕਾਰੀ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਇਸਲਾਮਿਕ ਸਟੇਟ ਨਾਲ ਸੰਬੰਧਿਤ ਹੋਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਪ੍ਰਵਾਸੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੇ ਜਾਣ ਤੇ ਸਵਾਲ ਉਠਾਉਂਦਿਆਂ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ। ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੇਅਰ ਨੇ ਕਿਹਾ ਹੈ ਕਿ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਬਾਰੇ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਹੋਰ ਗਲਤੀ ਕਿਵੇਂ ਹੋਈ। ਅੱਤਵਾਦੀ ਜਥੇਬੰਦੀ ਨਾਲ ਕਥਿਤ ਤੌਰ 'ਤੇ ਸਬੰਧਤ ਸ਼ਖਸ ਕੈਨੇਡਾ ਵਿੱਚ ਦਾਖਲ ਹੋਇਆ, ਇੱਥੋਂ ਦੀ ਨਾਗਰਿਕਤਾ ਵੀ ਹਾਸਲ ਕੀਤੀ। ਮੁਲਕ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕੀ ਅਜਿਹੇ ਪਿਛੋਕੜ ਵਾਲੇ ਕਿੰਨੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਪਰਮਿਸ਼ਨ ਦਿੱਤੀ ਗਈ। ਐਂਡਰਿਊ ਸ਼ੇਅਰ ਨੇ ਅੱਗੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ 'ਤੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਕਿ ਅੱਤਵਾਦੀ ਜਥੇਬੰਦੀ ਨਾਲ ਸੰਬੰਧਾਂ ਵਾਲੇ ਦੋ ਜਣੇ ਕੈਨੇਡਾ ਵਿੱਚ ਦਾਖਲ ਕਿਵੇਂ ਹੋਏ। ਕੌਮੀ ਸੁਰੱਖਿਆ ਪ੍ਰਬੰਧਾਂ ਦੇ ਮੁੱਦੇ 'ਤੇ ਇਹ ਮਸਲਾ ਟਰੂਡੋ ਸਰਕਾਰ ਦੀ ਮੁਕੰਮਲ ਅਸਫਲਤਾ ਵੱਲ ਇਸ਼ਾਰਾ ਕਰਦਾ ਹੈ। ਐਂਡਰਿਊ ਸ਼ੇਅਰ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ MP ਅਤੇ ਲੋਕ ਸੁਰੱਖਿਆ ਮਾਮਲਿਆਂ ਦੇ ਆਲੋਚਕ ਫਰੈਂਕ ਕਪੈਟੋ ਵੱਲੋਂ ਲੋਕ ਸੁਰੱਖਿਆ ਮੰਤਰੀ ਡੋਮਿਨਿਕ ਲੀਬਲੈਕ ਨੂੰ ਪੱਤਰ ਲਿਖ ਕੇ ਕਥਿਤ ਅੱਤਵਾਦੀ ਹਮਲੇ ਬਾਰੇ ਵਿਸਤਾਰਤ ਵੇਰਵੇ ਮੰਗੇ ਗਏ ਨੇ। ਉਹਨਾਂ ਨੇ ਕਿਹਾ ਕਿ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਕਮੇਟੀ ਅੱਗੇ ਪਹਿਲੀ ਪੇਸ਼ੀ ਡੋਮਿਨਿਕ ਲੀਬਲੈਕ ਦੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਮੁੱਦੇ 'ਤੇ ਵੱਧ ਤੋਂ ਵੱਧ ਜਾਣਕਾਰੀ ਸਾਹਮਣੇ ਆ ਸਕੇ। ਦੱਸ ਦੇਈਏ ਕਿ ਟੋਰੋਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜਿਸ਼ ਕਰ ਰਹੇ ਪਿਓ ਪੁੱਤ ਨੂੰ RCMP ਨੇ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਸ਼ਨਾਖਤ 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲ ਦੇ ਮੁਸਤਫਾ ਅਲਦੀਦੀ ਵਜੋਂ ਕੀਤੀ ਗਈ। ਦੋਹਾਂ ਵਿਰੁੱਧ ਇਸਲਾਮਿਕ ਸਟੇਟ ਦੀਆਂ ਹਦਾਇਤਾਂ ਤੇ ਕਤਲ ਕਰਨ ਦੀ ਸਾਜਿਸ਼ ਕਰਨ ਸਣੇ ਕੁੱਲ 9 ਦੋਸ਼ ਆਇਦ ਕੀਤੇ ਗਏ। ਚਾਰਜਸ਼ੀਟ ਕਹਿੰਦੀ ਹੈ ਕਿ ਅਹਿਮਦ ਫੁਆਦ ਮੁਸਤਫਾ ਅਲਦੀਦੀ ਨੇ 2015 ਵਿੱਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ ਤੇ ਗੰਭੀਰ ਅਪਰਾਧ ਵੀ ਕੀਤਾ। ਆਰਜ਼ੀ ਵੀਜ਼ਾ ਤੇ ਕੈਨੇਡਾ ਆਏ ਲੋਕਾਂ ਦੀ ਵੱਧਦੀ ਗਿਣਤੀ ਨੂੰ ਠੱਲ ਪਾਉਣ ਲਈ
LMIA ਦੇ ਨਾਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਠੰਗਣ ਵਾਲਿਆਂ ਦੇ ਮਨਸੂਬੇ ਅਸਫਲ ਕਰਨ ਦੇ ਇਰਾਦੇ ਨਾਲ ਟਰੂਡੋ ਸਰਕਾਰ ਨਵੀਂ ਨੀਤੀ ਲਿਆ ਰਹੀ ਹੈ। ਜੀ ਹਾਂ, ਨਵੀਂ ਨੀਤੀ ਤਹਿਤ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੇ ਆਰਜ਼ੀ ਵਿਦੇਸ਼ੀ ਕਾਮੇ ਸੱਦੇ ਨਹੀਂ ਜਾ ਸਕਣਗੇ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਮਾਮਲੇ ਵਿੱਚ ਘੱਟੋ ਘੱਟ ਉਜਰਤ $24 ਪ੍ਰਤੀ ਘੰਟਾ ਤੈਅ ਕੀਤੀ ਜਾ ਰਹੀ ਹੈ। ਵੱਖ ਵੱਖ ਸੂਬਿਆਂ ਵਿੱਚ ਘੱਟੋ ਘੱਟ ਉਜਰਤ ਦਰ ਦੀ ਸ਼ਰਤ ਵੱਖੋ ਵੱਖਰੀ ਹੋ ਸਕਦੀ ਹੈ, ਪਰ ਨੋਵਾ ਸਕੋਸ਼ੀਆ ਦੇ ਮਾਮਲੇ ਵਿੱਚ $39 ਪ੍ਰਤੀ ਘੰਟਾ ਦੀ ਉਜਰਤ ਦਰ ਅਦਾ ਕਰਨ ਵਾਲਿਆਂ ਨੂੰ ਹੀ ਆਰਜ਼ੀ ਵਿਦੇਸ਼ੀ ਕਾਮੇ ਸੱਦਣ ਦੀ ਪਰਮਿਸ਼ਨ ਮਿਲਣ ਦੇ ਆਸਾਰ ਨੇ। ਰੁਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਰੈਂਡੀ ਬੋਇਨਸਰੋ ਨੇ ਕਿਹਾ ਹੈ ਕਿ ਪਿਛਲੇ ਇੱਕ ਸਾਲ ਤੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਬਾਰੇ ਸੁਣਨ ਨੂੰ ਮਿਲ ਰਿਹਾ ਹੈ। ਕੈਨੇਡਾ ਪੁੱਜਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵਿਦੇਸ਼ੀ ਕਾਮਿਆਂ ਨਾਲ ਠੱਗੀਆਂ ਰੋਕਣ ਵਾਸਤੇ ਇਸ ਯੋਜਨਾ ਵਿੱਚ ਸੁਧਾਰ ਲਿਆਉਣੇ ਲਾਜ਼ਮੀ ਹੋ ਚੁੱਕੇ ਨੇ, ਜਿਸ ਦੇ ਮੱਦੇਨਜ਼ਰ LMIA ਫੀਸ ਵਿੱਚ ਵਾਧਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਅਤੇ ਛਾਪਿਆਂ ਦੀ ਗਿਣਤੀ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਸਿਰਫ ਇੰਨਾ ਹੀ, ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੋਇਜ਼ ਵਾਸਤੇ ਵੀ ਸ਼ਰਤਾਂ ਸਖ਼ਤ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਰੈਂਡੀ ਬੋਇਨਸੋ ਵੱਲੋਂ ਮੰਗਲਵਾਰ ਨੂੰ ਟਰਾਂਸਪੋਰਟੇਸ਼ਨ, ਐਗਰੀਕਲਚਰ ਅਤੇ ਫੂਡ ਐਂਡ ਬੈਵਰੇਜ ਸੈਕਟਰ ਦੇ ਨੁਮਾਇੰਦਿਆਂ ਨਾਲ ਇਸ ਮੁੱਦੇ 'ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਦੂਸਰੇ ਪਾਸੇ, ਆਰਜ਼ੀ ਵਿਦੇਸ਼ੀ ਕਾਮਿਆਂ ਦੇ ਸਹਾਰੇ ਚੱਲਣ ਵਾਲੇ ਉਦਯੋਗ ਨਵੇਂ ਨਿਯਮਾਂ ਤੋਂ ਚਿੰਤਤ ਨਜ਼ਰ ਆਏ। ਫੂਡ ਐਂਡ ਬੈਵਰੇਜ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਨਾ ਪੈਰਲ ਨੇ ਕਿਹਾ ਕਿ ਨਵੇਂ ਨਿਯਮ ਵੱਡਾ ਸੰਕਟ ਪੈਦਾ ਕਰ ਸਕਦੇ ਨੇ ਅਤੇ ਮੁੱਖ ਦੀ ਗੱਲ ਇੰਨੀ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧਣਗੇ। ਦੱਸ ਦਈਏ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਸਾਲ 2023-24 ਦੌਰਾਨ $20 ਲੱਖ ਦੇ ਜੁਰਮਾਨੇ ਇੰਪਲੋਇਜ਼ ਨੂੰ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 36% ਵੱਧ ਬਣਦਾ ਹੈ। ਵੱਡੀ ਗਿਣਤੀ 'ਚ ਜੁਰਮਾਨੇ ਹੋਣ ਦੇ ਬਾਵਜੂਦ ਫਰਜ਼ੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ 'ਤੇ ਪ੍ਰਵਾਸੀਆਂ ਤੋਂ $50,000 ਮੰਗੇ ਜਾ ਰਹੇ ਨੇ। ਇਮੀਗ੍ਰੇਸ਼ਨ ਵਿਭਾਗ ਦੇ ਨਿਯਮਾਂ ਤੋੜਨ ਵਾਲੇ ਇੰਪਲੋਇਜ਼ ਨੂੰ $100 ਤੋਂ $1 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਾਲਾਨਾ ਆਧਾਰ 'ਤੇ ਰਕਮ $10 ਲੱਖ ਤੱਕ ਵੀ ਜਾ ਸਕਦੀ ਹੈ। ਇਸ ਵੇਲੇ ਸਭ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਐਗਰੀਕਲਚਰ ਸੈਕਟਰ ਵਿੱਚ ਕੰਮ ਕਰ ਰਹੇ ਨੇ, ਪਰ ਅਸਲ ਗਿਣਤੀ ਦੱਸਣੀ ਸੰਭਵ ਨਹੀਂ ਹੈ। ਪਿਛਲੇ ਸਾਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 2,39,000 ਤੋਂ ਵੱਧ ਵਰਕ ਪਰਮਿਟ ਪ੍ਰਵਾਨ ਕੀਤੇ ਗਏ। ਇਹ ਅੰਕੜਾ 2018 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬਣਦਾ ਹੈ, ਜਦੋਂ 1,09,000 ਵਰਕ ਪਰਮਿਟ ਜਾਰੀ ਕੀਤੇ ਗਏ ਸਨ। ਕੈਨੇਡਾ ਆਉਣ ਵਾਲੇ 10 ਆਰਜ਼ੀ ਵਿਦੇਸ਼ੀ ਕਾਮਿਆਂ ਵਿੱਚੋਂ ਇੱਕ ਦੀ ਸਾਲਾਨਾ ਕਮਾਈ $300 ਤੋਂ ਵੀ ਘੱਟ ਹੁੰਦੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹਨਾਂ ਨੂੰ ਕਿੰਨਾ ਜ਼ਿਆਦਾ ਲੁੱਟਿਆ ਜਾ ਰਿਹਾ ਹੈ। ਅੱਜ PM ਜਸਟਿਨ ਟਰੂਡੋ ਨੇ ਜਾਰਡਨ ਦੇ ਮਹਾਰਾਜਾ ਅਬਦੁੱਲਾ ਬਿਨ ਅਲ ਹੁਸੈਨ ਨਾਲ ਮੱਧ ਪੂਰਬ ਦੀ ਸਥਿਤੀ ਬਾਰੇ ਗੱਲ ਕੀਤੀ। PM ਨੇ ਇਜ਼ਰਾਇਲ ਅਤੇ ਇਰਾਨ ਦੇ ਨਾਲ ਨਾਲ ਹਿਜ਼ਬੁੱਲਾ ਅਤੇ ਇਰਾਨ ਨਾਲ ਜੁੜੇ ਹੋਰ ਸਮੂਹਾਂ ਵਿਚਕਾਰ ਵਿਸਤ੍ਰਿਤ ਸੰਘਰਸ਼ ਦੇ ਜੋਖਮ ਤੇ ਆਪਣੀ ਡੂੰਘੀ ਚਿੰਤਾ ਪ੍ਰਗਟਾਈ ਹੈ। ਨੇਤਾਵਾਂ ਨੇ ਹੋਰ ਵਧਣ ਤੋਂ ਬਚਣ ਦੀ ਫੌਰੀ ਲੋੜ ਤੇ ਜ਼ੋਰ ਦਿੱਤਾ, ਜਿਸ ਨਾਲ ਖੇਤਰ ਦੇ ਨਾਗਰਿਕਾਂ ਦੀ ਜਾਨਾਂ ਨੂੰ ਖਤਰਾ ਹੈ। PM ਟਰੂਡੋ ਨੇ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਦੋ ਰਾਜ਼ੀ ਹੱਲ ਲਈ ਕੈਨੇਡਾ ਦੇ ਸਥਾਈ ਸਮਰਥਨ ਨੂੰ ਉਜਾਗਰ ਕੀਤਾ। ਉਸਨੇ ਇਜ਼ਰਾਇਲ ਅਤੇ ਫਲਸਤੀਨੀਆਂ ਦੇ ਬਿਨਾਂ ਕਿਸੇ ਡਰ ਦੇ ਸ਼ਾਂਤੀ, ਸੁਰੱਖਿਆ ਅਤੇ ਸਨਮਾਨ ਨਾਲ ਰਹਿਣ ਦੇ ਅਧਿਕਾਰ ਤੇ ਜ਼ੋਰ ਦਿੱਤਾ। PM ਨੇ ਖੇਤਰ ਵਿੱਚ ਗੱਲਬਾਤ ਦੀ ਸਥਿਤੀ ਨੂੰ ਉਤਸ਼ਾਹਿਤ ਕਰਨ, ਗਾਜ਼ਾ ਵਿੱਚ ਫਲਸਤੀਨੀਆਂ ਲਈ ਮਾਨਵਤਾਵਾਦੀ ਸਹਾਇਤਾ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਲਈ ਸਥਾਈ ਸ਼ਾਂਤੀ ਵਾਲੇ ਇੱਕ ਰਸਤਾ ਸੁਰੱਖਿਅਤ ਕਰਨ ਲਈ ਕਿੰਗ ਦਾ ਧੰਨਵਾਦ ਕੀਤਾ। ਨੇਤਾਵਾਂ ਨੇ ਨਜ਼ਦੀਕੀ ਸੰਪਰਕ ਵਿੱਚ ਰਹਿਣ ਲਈ ਸਹਿਮਤੀ ਦਿੱਤੀ, ਕਿਉਂਕਿ ਸਥਿਤੀ ਲਗਾਤਾਰ ਵਿਕਸਿਤ ਹੁੰਦੀ ਜਾ ਰਹੀ ਹੈ। ਕੈਮਰਿਨ ਰੋਜ਼ਰਸ ਨੇ ਆਪਣਾ ਨਾਮ ਇਤਿਹਾਸ ਦੀ ਕਿਤਾਬ ਵਿੱਚ ਦਰਜ ਕਰਵਾਇਆ। ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਨਾਲ ਸੰਬੰਧਿਤ 25 ਸਾਲ ਦੀ ਕੈਮਰਿਨ ਰੋਜ਼ਰਸ ਓਲੰਪਿਕ ਖੇਡਾਂ ਵਿੱਚ ਔਰਤਾਂ ਦੇ ਹੈਮਰ ਥਰੋ ਮੁਕਾਬਲੇ ਵਿੱਚ ਕੈਨੇਡਾ ਲਈ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ। ਰੋਜ਼ਰਸ ਨੇ ਸਟੇਟ ਡੀ ਫਰਾਂਸ ਵਿਖੇ ਆਯੋਜਿਤ ਇਸ ਮੁਕਾਬਲੇ ਵਿੱਚ 36.97 meters ਦੂਰ ਹੈਮਰ ਸੁੱਟਿਆ। ਅਮਰੀਕਾ ਦੀ ਐਨਟ ਐਚਿਕਨੋਵਕ ਨੇ 75.48 meters ਦੇ ਨਾਲ ਚਾਂਦੀ ਦਾ ਮੈਡਲ ਹਾਸਲ ਕੀਤਾ ਅਤੇ ਚੀਨ ਦੀ ਜਾਓਜੀ ਨੇ 36.27 meters ਦੀ ਦੂਰੀ ਨਾਲ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਕੈਮਰਨ ਨੇ 2021 ਟੋਕੀਓ ਖੇਡਾਂ ਵਿੱਚ ਆਪਣੇ ਓਲੰਪਿਕ ਡੱਬੇ ਵਿੱਚ ਇਤਿਹਾਸ ਰਚਿਆ ਸੀ, ਜਦੋਂ ਓਲੰਪਿਕ ਹੈਮਰ ਥਰੋ ਦੇ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਕੈਨੇਡੀਅਨ ਔਰਤ ਬਣੀ ਸੀ। ਉਸ ਓਲੰਪਿਕ ਵਿੱਚ ਕੈਮਰਨ 5ਵੇਂ ਸਥਾਨ 'ਤੇ ਰਹੀ ਸੀ। ਐਤਵਾਰ ਨੂੰ ਪੁਰਸ਼ਾਂ ਦੇ ਹੈਮਰ ਥਰੋ ਵਿੱਚ ਵੀ ਕੈਨੇਡਾ ਦੇ ਈਟਸ ਕੈਟਜ਼ਬਰਗ ਨੇ ਸੋਨ ਤਮਗਾ ਜਿੱਤਿਆ ਸੀ। ਇਤਨ ਬੀਸੀ ਨੇ ਨਨਮੋਏ ਦੇ ਰਹਿਣ ਵਾਲੇ ਨੇ।
ਸਸਕੈਚੁਅਨ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਕੂਲੀ ਸਾਲ ਵਿੱਚ ਵਿਦਿਆਰਥੀਆਂ ਨੂੰ ਕਲਾਸ ਵਿੱਚ ਸੈੱਲਫੋਨ ਦੀ ਵਰਤੋਂ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਐਲਾਨਿਆ ਗਿਆ ਇਹ ਨਵਾਂ ਫੈਸਲਾ ਕਿੰਡਰਗਾਰਟਨ ਤੋਂ ਗ੍ਰੇਡ 12 ਤੱਕ ਦੀਆਂ ਸਾਰੀਆਂ ਕਲਾਸਾਂ 'ਤੇ ਲਾਗੂ ਹੋਵੇਗਾ। ਸਿੱਖਿਆ ਮੰਤਰੀ ਜੈਰੇਮੀ ਕੋਕਰੇਲ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਹੈ ਕਿ ਮੋਬਾਈਲ ਫੋਨ ਵਿਦਿਆਰਥੀਆਂ ਦਾ ਧਿਆਨ ਭੰਗ ਕਰਨ ਦਾ ਕਾਰਨ ਬਣ ਰਹੇ ਨੇ ਅਤੇ ਵਿਦਿਆਰਥੀ ਉਹ ਨਹੀਂ ਸਿੱਖ ਪਾ ਰਹੇ, ਉਹਨਾਂ ਨੂੰ ਸਿੱਖਣਾ ਚਾਹੀਦਾ ਹੈ। ਜਰਮੀ ਨੇ ਕਿਹਾ ਕਿ ਨਵੀਂ ਨੀਤੀ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨਾਲ ਵਧੇਰੇ ਰੁੱਝਣ ਅਤੇ ਹੁਨਰਾਂ ਅਤੇ ਗਿਆਨ ਨੂੰ ਸਿੱਖਣ 'ਤੇ ਧਿਆਨ ਕੇਂਦਰਿਤ ਕਰਨ ਦੀ ਪਰਮਿਸ਼ਨ ਦੇਵੇਗੀ, ਜਿਹੜਾ ਕਿ ਇਹਨਾਂ ਨੂੰ ਸਨਅਤ ਬਣਾਉਣ ਦੇ ਲਈ ਲੋੜੀਂਦਾ ਹੈ। ਗੌਰਤਲਬ ਹੈ ਸਸਕੈਚੁਅਨ ਤੋਂ ਪਹਿਲਾਂ BC, ਓਨਟੈਰੀਓ, ਕਿਊਬੈਕ ਅਤੇ ਐਲਬਰਟਾ ਸਰਕਾਰਾਂ ਵੀ ਸਕੂਲਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਸੀਮਤ ਕਰ ਚੁੱਕੀਆਂ ਨੇ। ਪ੍ਰੈਰੀ ਸਟੇਟ ਬੋਰਡ ਆਫ ਐਜੂਕੇਸ਼ਨ ਦੇ ਚੇਅਰ ਬਰਨੀ ਹੋਵ ਨੇ ਕਿਹਾ ਹੈ ਕਿ ਸਸਕੈਚੁਅਨ ਸਰਕਾਰ ਵੱਲੋਂ ਕੀਤਾ ਇਹ ਬਦਲਾਅ ਸਟਾਫ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ 'ਤੇ ਧਿਆਨ ਦੇਣ ਦੀ ਆਗਿਆ ਦੇਵੇਗਾ। ਰਿਲੀਜ਼ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਕਦਮ ਚੁੱਕਣੇ ਮਹੱਤਵਪੂਰਨ ਨੇ ਜੋ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਅਕਾਦਮਿਕ ਸਫਲਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਨੇ। ਸੂਬੇ ਦੇ ਵਿੱਚ ਹਾਈ ਸਕੂਲ ਦੀਆਂ ਕਲਾਸਾਂ ਦੇ ਨਾਲ ਨਾਲ ਮੈਡੀਕਲ ਜਾਂ ਸਿਖਲਾਈ ਸੰਬੰਧੀ ਵਿਸ਼ੇਸ਼ ਲੋੜਾਂ ਵਾਸਤੇ ਵਿਦਿਆਰਥੀਆਂ ਵਾਸਤੇ ਪੜ੍ਹਾਈ ਦੇ ਉਦੇਸ਼ ਲਈ ਇਸ ਨਵੀਂ ਨੀਤੀ ਵਿੱਚ ਕੁਝ ਛੋਟਾਂ ਵੀ ਸ਼ਾਮਿਲ ਕੀਤੀਆਂ ਗਈਆਂ ਨੇ। ਗਰੀਬਾਂ ਦਾ ਦੋਸਤ ਅਤੇ ਗਰੀਬਾਂ ਦਾ ਬੈਂਕਰ ਨਾਲ ਮਸ਼ਹੂਰ ਨੋਬਲ ਜੇਤੂ ਮੁਹੰਮਦ ਯੂਨਿਸ ਹੁਣ ਬੰਗਲਾਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣਗੇ। ਯੂਨਿਸ ਉਹ ਸ਼ਖਸ ਨੇ ਜਿਸ ਨੂੰ ਸਾਬਕਾ PM ਸ਼ੇਖ ਹਸੀਨਾ ਗੰਗਾ ਵਿੱਚ ਡੋਬਣ ਲਈ ਕਹਿੰਦੀ ਸੀ ਅਤੇ ਉਹਨਾਂ ਖਿਲਾਫ਼ ਕਈ ਝੂਠੇ ਕੇਸ ਦਰਜ ਕਰਵਾਏ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਯੂਨਿਸ ਦੇ ਉਹਨਾਂ ਦੇ ਪਿਤਾ ਨਾਲ ਚੰਗੇ ਸੰਬੰਧ ਸਨ। 2007 ਵਿੱਚ ਬੰਗਲਾਦੇਸ਼ ਸੱਤਾ ਫੌਜ ਦੇ ਕਾਬਜ਼ੇ ਵਿੱਚ ਸੀ ਅਤੇ ਸਾਬਕਾ PM ਸ਼ੇਖ ਹਸੀਨਾ ਅਤੇ ਖਾਲਦਾ ਜ਼ਿਆ ਦੋਵੇਂ ਕਰਪਸ਼ਨ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਸਨ ਤਾਂ ਫੌਜ ਨੇ ਉਸ ਵੇਲੇ ਵੀ ਮੁਹੰਮਦ ਯੂਨਿਸ ਨੂੰ ਸਰਕਾਰ ਬਣਾਉਣ ਦੇ ਲਈ ਕਿਹਾ ਸੀ ਪਰ ਉਸਨੇ ਇਨਕਾਰ ਕਰ ਦਿੱਤਾ। ਇਸ ਵਾਰ ਜਦੋਂ ਫੌਜ ਨੇ ਉਸ ਕਾਰਜਕਾਰੀ PM ਬਣਨ ਦੀ ਪੇਸ਼ਕਸ਼ ਕੀਤੀ ਤਾਂ ਉਹਨਾਂ ਨੇ ਮਨਜ਼ੂਰ ਕਰ ਲਿਆ। ਉਹ ਪੈਰਿਸ ਤੋਂ ਕੱਲ੍ਹ ਬੰਗਲਾਦੇਸ਼ ਪਹੁੰਚਣਗੇ ਅਤੇ ਫਿਰ ਦੇਸ਼ ਦੀ ਕਮਾਨ ਸੰਭਾਲਣਗੇ। ਮੁਹੰਮਦ ਯੂਨਿਸ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। 3 ਜੂਨ 1940 ਵਿੱਚ ਬੰਗਾਲ ਦੇ ਚਿੱਟ ਪਿੰਡ ਦੇ ਇੱਕ ਸੁਨਿਆਰੇ ਹਾਜ਼ੀ ਮੁਹੰਮਦ ਸ਼ੌਦਗਰ ਦੇ ਘਰ ਪੈਦਾ ਹੋਏ। ਉਹਨਾਂ ਨੇ ਢਾਕਾ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜ੍ਹਾਈ ਪੂਰੀ ਕਰਕੇ ਅਮਰੀਕਾ ਦੇ ਵਿੱਚ ਚਲੇ ਗਏ। 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਆਜ਼ਾਦੀ ਤੋਂ ਬਾਅਦ ਲੋਕ ਦੋ ਵਕਤ ਦੀ ਰੋਟੀ ਨਾਲ ਜੂਝ ਰਹੇ ਸਨ ਤਾਂ ਉਹਨਾਂ ਦਾ ਅਰਥਚਾਰੇ ਦੀ ਪੜ੍ਹਾਈ ਤੋਂ ਮਨ ਟੁੱਟ ਗਿਆ। ਉਹਨਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਘੁੰਮਣਾ ਸ਼ੁਰੂ ਕੀਤਾ। ਇਸ ਦੌਰਾਨ ਇੱਕ ਔਰਤ ਮਿਲੀ ਜੋ ਝੁੱਗੀ ਦੇ ਵਿੱਚ ਰਹਿੰਦੀ ਸੀ ਅਤੇ ਬਾਂਸ ਦੇ ਟੇਬਲ ਬਣਾਉਂਦੀ ਸੀ। ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਉਸ ਔਰਤ ਨੇ ਸੂਦਖੋਰ ਤੋਂ 500 ਲੋਨ ਲਿਆ। ਸੂਦਖੋਰ ਨੇ ਬਾਜ਼ਾਰ ਵਿੱਚ ਟੇਬਲ ਦੇ ਨਾਂ ਵੇਚਣ ਦੀ ਸ਼ਰਤ 'ਤੇ ਉਸਨੂੰ ਲੋਨ ਦਿੱਤਾ ਸੀ। ਯੂਨਿਸ ਨੇ ਕਿਹਾ ਸੀ ਕਿ ਉਹ ਬਿਜ਼ਨਸ ਨਹੀਂ ਗੁਲਾਮੀ ਹੈ। ਸੂਦਖੋਰ ਨੇ 500 ਵਿੱਚ ਔਰਤ ਦਾ ਹੁਨਰ ਖਰੀਦਿਆ। ਯੂਨਿਸ ਨੇ ਔਰਤ ਦਾ 500 ਦਾ ਕਰਜ਼ਾ ਦਿੱਤਾ। ਫਿਰ 42 ਔਰਤਾਂ ਦਾ ਗਰੁੱਪ ਤਿਆਰ ਕਰਕੇ ਉਹਨਾਂ ਨੂੰ ਕਰਜ਼ ਦਿੱਤਾ ਗਿਆ। ਇਸ ਨੂੰ ਮਾਈਕਰੋ ਕ੍ਰੈਡਿਟ ਨਾਂ ਦਿੱਤਾ ਗਿਆ। ਇਸ ਦੀ ਖਾਸ ਗੱਲ ਇਹ ਸੀ ਕਿ ਔਰਤਾਂ ਨੂੰ ਕਰਜ਼ ਦੇ ਲਈ ਕੋਈ ਸਿਕਿਉਰਿਟੀ ਜਮ੍ਹਾਂ ਨਹੀਂ ਕਰਵਾਉਣੀ ਸੀ। ਔਰਤਾਂ ਨੇ ਯੂਨਿਸ ਨੂੰ ਕਰਜ਼ਾ ਮੋੜਤਾ ਜਿਸ ਵਾਰ 1983 ਵਿੱਚ ਬੰਗਲਾਦੇਸ਼ ਵਿੱਚ ਪੇਂਡੂ ਬੈਂਕ ਦੀ ਸ਼ੁਰੂਆਤ ਹੋਈ। 40 ਵਿੱਚ 1 ਕਰੋੜ ਤੋਂ ਵੱਧ ਗਰੀਬਾਂ ਨੂੰ 4.3 ਕਰੋੜ ਟਕਾ ਤੋਂ ਵੱਧ ਲੋਨ ਦੇ ਚੁੱਕਾ ਹੈ। ਬੰਗਲਾਦੇਸ਼ ਵਿੱਚ ਇਸ ਦੀ ਸਫਲਤਾ ਨੂੰ ਵੇਖਦੇ ਹੋਏ ਮਾਈਕਰੋ ਕ੍ਰੈਡਿਟ 100 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ। ਅਮਰੀਕਾ ਵਰਗੇ ਵੱਡੇ ਦੇਸ਼ ਨੇ ਵੀ ਇਸ ਨੂੰ ਸ਼ੁਰੂ ਕੀਤਾ। ਇਸ ਤੋਂ ਬਾਅਦ ਯੂਨਿਸ ਨੇ 1997 ਵਿੱਚ ਪੇਂਡੂ ਫੋਨ ਕੰਪਨੀ ਦੀ ਸ਼ੁਰੂਆਤ ਕੀਤੀ। ਇਹ ਬੰਗਲਾਦੇਸ਼ ਵਿੱਚ ਪ੍ਰੀਪੇਡ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ ਅਤੇ ਇਸ ਵਕਤ ਬੰਗਲਾਦੇਸ਼ ਵਿੱਚ ਸਭ ਤੋਂ ਵੱਡਾ ਨੈਟਵਰਕ ਵੀ ਹੈ। 48% ਬਾਜ਼ਾਰ 'ਤੇ ਇਸ ਦਾ ਕਬਜ਼ਾ ਹੈ। ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇਣ ਵਾਲੀ ਇਹ ਕੰਪਨੀ ਵੀ ਹੈ ਅਤੇ ਹੁਣ ਇਹ ਯੂਨਿਸ ਜੋ ਨੇ ਬੰਗਲਾਦੇਸ਼ ਦੇ PM ਬਣਨਗੇ।